ਦੇਖੋ ਜੇ ਤਾਂ ਤੁਸੀਂ ਜ਼ੀਰੋ ਟੋਲਰੈਂਸ ਕਰਨੀਆਂ ਕਰੀ ਜਾ ਸਕਦੀ ਹੈ ਜ਼ੀਰੋ ਤਾਂ ਜ਼ੀਰੋ ਹੀ ਹੁੰਦੀ ਹੈ ਜ਼ੀਰੋ ਤਾਂ ਕਦੇ ਹੋਈ ਨਹੀਂ ਨਾ ਨੈਗੇਟਿਵ 'ਚ ਜ਼ੀਰੋ ਹੋਈ ਹੈ ਨਾ ਪੋਜ਼ਿਟਿਵ 'ਚ ਜ਼ੀਰੋ ਹੋਈ ਹੈ ਜ਼ੀਰੋ ਦੇ ਅਲਦਾਲੇ ਤਾਂ ਐ ਵਧਾਈ ਜਾਓ ਜਿੰਨਾ ਮਰਜੀ ਵਧਾਰਾ ਉਹ ਜਿੰਨਾ ਵਰਜੀ ਘਟਾਈ ਜਾਓ ਉਹ ਜ਼ੀਰੋ 'ਚ ਹੀ ਸਮਾਇ ਹੁੰਦੇ ਨੇ ਤੇ ਇਸੇ ਕਰਕੇ ਜਿਹੜੀ ਇੰਡੀਅਨ ਜ਼ੀਰੋ ਸੀ ਨਾ ਉਹਦੇ 'ਚ ਇੱਕ ਬਿੰਦੀ ਲੱਗੀ ਹੋਈ ਸੀ ਵੀ ਇਹ ਖਾਲੀ ਨਹੀਂ ਹੈ ਇਹ ਤਾਂ ਸੁੰਨੇ ਸੁੰਨੇ ਕਹਿੰਦੇ ਨੇ ਨਾ ਹਿੰਦੀ ਵਾਲੇ ਤਾਂ ਇੰਡੀਅਨ ਜ਼ੀਰੋ 'ਚ ਇੱਕ ਬਿੰਦੀ ਲੱਗੀ ਹੁੰਦੀ ਸੀ ਵੀ ਭਰੀ ਹੋਈ ਆ ਸੋ ਜ਼ੀਰੋ ਟੋਲਰੈਂਸ ਹੋ ਸਕਦੀ ਹੁੰਦੀ ਹੈ ਉਹ ਹੁੰਦੀ ਤਾਂ ਕਿ ਤੁਸੀ ਕਰਨੀ ਪੈਣੀ ਕਿਤਾ ਤੁਸੀਂ ਇਹ ਫੈਸਲਾ ਰੱਖੋ ਵੀ ਜੇ ਤੁਸੀਂ ਕੰਮ ਜਿਹਦਾ ਬੰਦੇ ਦਾ ਕੰਮ ਅਨਸਾਰ ਹੋਣ ਲੱਗਿਆ ਤੁਸੀਂ ਮੈਨੂੰ ਦੱਸੋ ਰਿਸ਼ਵ ਦੇਉ ਕਿਉਂ ਦੂਜਿਆਂ ਨੂੰ ਰਿਸ਼ਵ ਮੰਗਣੀ ਕਿਉਂ ਪਊ ਜੇ ਕੋਈ ਬੰਦਾ ਲਿਖਾਉਣ ਜਾਂਦਾ ਆਪਦੀ ਰੱਬ ਉਹਦੀ ਅਰਜੀ ਥਾਣੇ ਵਾਲੇ ਲੈ ਕੇ ਡੀਡੀਆਰ ਕੱਟ ਦਿੰਦੇ ਨੇ ਹਾਂਜੀ ਉਹ ਪੈਸੇ ਕਿਉਂ ਦੇਊਗਾ ਲੜਾਈ ਹੋ ਜਾਂਦੀ ਆ ਪਰਚਾ ਕਟਾਉਣ ਜਾਂਦਾ ਹਸਤਾ ਤੇ ਜੇ ਉਹਦੋਂ ਉਹਦੀ ਪਰਚਾ ਕੱਟ ਦਿੱਤਾ ਜਾਂਦੋਂ ਪੈਸੇ ਕਿਉਂ ਦੇਊਗਾ ਬਿਮਾਰ ਹੋ ਜਾਂਦਾ ਮਰੀਜ਼ ਐਮਰਜੈਂਸੀ ਜਾਂਦਾ ਜੇ ਉਹਨੂੰ ਉਦੋਂ ਹੀ ਦੇਖ ਲੈਂਦੇ ਨੇ ਲਾ ਸ਼ੁਰੂ ਕਰਨੇ ਫਿਰ ਪੈਸੇ ਕਿੰਨੇ ਹੋਊਗਾ ਹੈ ਮਨਰੇਗਾ ਕਾਰਡ ਬਣਾਉਣ ਜਾਂਦੇ ਨੇ ਉਦੋਂ ਉਹ ਕਾਰਡ ਬਣ ਜਾਂਦਾ ਹੈ ਉਹ ਪੈਸੇ ਕਿੰਨੇ ਹੋਊਗਾ ਜੱਤਰਨੇ ਬਜਾਰੇ ਵੀ ਕਿਉਂ ਕਰੂਗਾ ਸੋ ਜੇ ਤੁਸੀਂ ਕੰਮ ਤੇਜ਼ ਕਰ ਦੋ ਕਿਉਂਕਿ ਮੈਂ ਇਹ ਪ੍ਰਸ਼ਾਸਨ ਚਿਹਿਆਂ ساری ਉਮਰ ਕਿ ਉਹ ਪ੍ਰਸ਼ਾਸਨ ਸਾਡੇ ਦੇ ਕਿਉਂਕਿ ਸਾਡੇ ਹਸਪਤਾਲ ਚ ਵੀ ਪ੍ਰਸ਼ਾਸਨ ਕਰਨਾ ਪੈਂਦਾ ਇੰਨਾ ਵੱਡਾ ਅਮਲਾ ਹੁੰਦਾ ਹੈ 24 ਘੰਟੇ ਹਸਪਤਾਲ ਚ ਚਲਾਉਣਾ ਇਹ ਸਕੂਲਾਂ ਵਾਲਾ ਕੰਮ ਤਾਂ ਹੈ ਨਹੀਂ ਵੀ ਆ ਹੁਣ ਸਰਦੀਆਂ ਨੇ ਜੀ ਹੁਣ ਸਰਦੀਆਂ ਚ ਇੰਨੀਆਂ ਛੁੱਟੀਆਂ ਹੋਰ ਕਰ ਦੋ ਜੀ ਹੁਣ ਸਾਨੂੰ ਸਕੂਲ ਨਾ ਬੜਾਓ ਜੀ ਇਹ ਤਾਂ ਦੀਵਾਲੀ ਦੁਸ਼ਹਿਰਾ ਕਾਰਫਿਊ ਜੋ ਮਰਜ਼ੀ ਹੋਵੇ ਹਸਪਤਾਲ ਨੇ ਚੱਲਣਾ 24 ਘੰਟੇ ਕੋਈ ਸੰਡੇ ਨਹੀਂ ਕੋਈ ਗੱਸੜਾ ਹੋਣ ਦੇ ਨਹੀਂ ਕੋਈ ਛੁੱਟੀ ਨਹੀਂ 100 100 ਬੈੱਡ ਦਾ ਹਸਪਤਾਲ ਹੁੰਦਾ ਜਿਹੜੇ ਡਿਸਟ੍ਰਿਕਟ ਹਸਪਤਾਲ ਨੇ ਤੇ ਜਿਹੜੇ ਮੈਡੀਕਲ ਕਾਲਜੋਂ 11 1100 ਬੈੱਡ ਦੇ ਨੇ ਪਰ ਤੁਸੀਂ ਕਿੱਥੇ ਲਾਣਾ ਹੁੰਦਾ ਉਹ ਮਰੀਜ਼ ਆਖਲ ਪਏ ਹੁੰਦੇ ਨੇ ਠੀਕ ਹੈ ਕਿ ਪਰ ਜੇ ਤੁਸੀਂ ਸਾਰਿਆਂ ਨੂੰ ਐ ਤਾਂ ਨਹੀਂ ਹੈਗਾ ਵੀ ਸਾਰੇ ਉੱਥੇ ਦੁੱਧ ਉੱਤੇ ਹੁੰਦੇ ਨੇ ਫਟਰਨਾਤ ਦੇ ਮੁਲਾਜ਼ਮ ਹੁੰਦੇ ਨੇ ਉਹਨਾਂ ਉਹਨੀਆਂ ਕੈਟਾਗਰੀਆਂ ਤਾਂ ਸਕੂਲਾ ਸਕਾਲਾਂ 'ਚ ਹੈ ਨਹੀਂ ਜਿੰਨੀਆਂ ਹਸਪਤਾਲਾਂ 'ਚ ਹੁੰਦੀਆਂ ਨੇ ਤੇ ਇਹ ਅ ਵੀ ਜੇ ਤੁਸੀਂ ਕੰਮ ਤੇਜ਼ ਕਰ ਦੋ ਤਾਂ ਕਰਾਪਸ਼ਨ ਬਹੁਤ ਘਟ ਜਾਂਦੀ ਹੈ ਲੋਕਾਂ ਨੂੰ ਲੱਗਦਾ ਵੀ ਹਾਂ ਜਦ ਸਾਡਾ ਕੰਮ ਹੋਣ ਲੱਗਿਆ ਇੱਕ ਤਾਂ ਇਹ ਕੰਮ ਤੇਜ਼ ਕਰੋ ਤੇ ਜਿਹੜਾ ਕੰਮ ਉਹਨੇ ਚ ਨਹੀਂ ਹੋਇਆ ਤਾਂ ਉਹਨੂੰ ਬਹੁਤੀਆਂ ਕਹਾਣੀਆਂ ਪਾਉਣ ਦੀ ਬਜਾਏ ਉਹਨੂੰ ਕੋਈ ਤੇਰੀ ਤੇਰੀ ਇੱਕ ਸਲਾਨਾ ਤਰੱਕੀ ਬੰਦ ਕਿਉਂਕਿ ਤੂੰ ਕੰਮ ਨਹੀਂ ਕਰਿਆ। ਉਹ ਬੜੇ ਸੌਖੇ ਤਰੀਕੇ ਹੈਗੇ ਨੇ ਮੈਨੂੰ ਇੱਕ ਸਿੱਖਿਆ ਸਕੱਤਰ ਨੇ ਪੁੱਛਿਆ ਵੀ ਅਸੀਂ ਕੀ ਕਰ ਸਕਦੇ ਹਾਂ ਮੈਂ ਕਿਹਾ ਤੁਸੀਂ ਐਵੇਂ ਛਾਪੇ ਮਾਰੀ ਜਾਂਦੇ ਸਕੂਲਾਂ 'ਚ ਜਿਹੜਾ ਗੈਰ ਹਾਜ਼ਰ ਫੜ ਲੈ ਤੁਸੀਂ ਮਾਸਟਰ ਇੱਕ ਵਾਰੀ ਜਾ ਕੇ ਤੁਸੀਂ ਕੋਈ ਅਸੀਂ ਤਾਂ ਸਕੂਲ 'ਚ ਦੇਖਣ ਗਏ ਆਂ ਸਕੂਲ ਵਿਜ਼ਿਟ ਕਰਨ ਗਏ ਆਂ ਸੀ ਛਾਪਾ ਨਹੀਂ ਮਾਰਨਾ ਉਹ ਕਿਹੜਾ ਕੋਈ ਉੱਥੇ ਚੋਰ ਠੱਗ ਬੈਠੇ ਨੇ ਤੇ ਉੱਥੇ ਜੇ ਕੋਈ ਗੈਰ ਹਾਜ਼ਰ ਹੈ ਜਿੱਨਾਂ ਚਲੇ ਨਾ ਸਾਫਤ ਹੋਏ ਤਾਂ ਮਾਂ ਮਰ ਗਈ ਸੀ ਤਾਂ ਨਹੀਂ ਆ ਸਕਿਆ ਯਾਰ ਉਹਨਾਂ ਚ ਉਹਨੂੰ ਗੈਰ ਹਾਜ਼ਰੀ ਮੰਨਣਾ ਕੋਈ ਉਹ ਕੁਝ ਬਹਾਨਾ ਲਾਈ ਜਾਵੇ ਮੈਂ ਗਿਆ ਸੀ ਜੀ ਮੈਂ ਛੁੱਟੀ ਭੇਜੀ ਕੁਝ ਨਹੀਂ ਕਰਨਾ ਉਹਨੂੰ ਇੱਕ ਗਿੱਦੜ ਪਰਚੀ ਜਾਰੀ ਕਰਨੀ ਹੈ ਉਹਨੂੰ ਸ਼ੋਕਾਜ਼ ਨੋਟਿਸ ਕਹਿੰਦੇ ਨੇ ਔਰ ਉਸੇ ਕਟਾਉ ਦੀ ਮੈਂ ਰੈਫਰੈਂਸ ਦਿੱਤੀ ਹੈ ਉਹ ਸਾਹਮਣੇ ਪਈ ਹੈ ਉਸੇ 'ਚ ਇਹ ਲਿਖਿਆ ਹੋਇਆ ਰੂਨਾ ਕੀ ਉਹਨੇ ਲਿਖ ਦੇਣਾ ਵੀ ਮੈਂ ਜੀ ਫਲਾਣੇ ਸੰਗ ਆਇਆ ਸੀ ਮੇਰੀ ਆਸ ਸੀ ਮੇਰੀ ਮਜਬੂਰੀ ਸੀ ਫਲਾਣੇ ਕਿਉਂਕਿ ਐ ਤਾਂ ਕਹਿੰਦੀ ਨਹੀਂ ਹੋਗੀ ਮੈਂ ਕਹਿ ਰਹਾ ਜਨਾ ਮੈਂ ਤਾਂ ਛੁੱਟੀ ਦਿੱਤੀ ਸੀ ਮੈਂ ਤੇਜੀ ਸੀ ਜੀ ਕੋਈ ਦੇ ਨਹੀਂ ਸਕਿਆ ਉਹ ਲਿਖਤਾ ਉਹਨੇ ਤੁਸੀਂ ਕਹੋ ਗੈਰ ਤਸਦੀ ਬਖਸ਼ ਕੁਝ ਨਹੀਂ ਹੋਰ ਕਰਨਾ ਕੋਈ ਨਹੀਂ ਲਿਖਣਾ ਕਿਉਂ ਗੈਰ ਤਸਦੀ ਬੰਦ ਹੈ ਗੈਰ ਤਸਦੀ ਬਖਸ਼ ਇੱਕ ਸਾਲਾਨਾ ਤੱਕ ਹੀ ਇੱਕ ਸਾਲ ਵਾਸਤੇ ਬੰਦ ਉਹਦੀ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਕਾਨੂੰਨ ਕੀ ਹੈ ਸਾਰਾ ਕੁਝ ਬਸ ਜੋ ਦੇਤੀ ਸਜ਼ਾ ਦੇਤੀ ਇੱਕ ਵਾਰੀ ਤਰੱਕੀ ਬੰਦ ਹੋਈ ਮੁੜ ਕੇ ਉਹਨੂੰ ਯਾਦ ਹੋ ਜੂਈ ਇਹ ਕੰਮ ਖਰਾਬ ਹੈ ਜੇ ਦੁਬਾਰਾ ਉਹੀ ਮਿਲ ਗਿਆ ਫਿਰ ਦੋ ਬੰਦ ਕਰ ਦੋ ਬਿਨਾਂ ਭਵਿੱਖੀ ਅਸਰ ਦੇ ਜੇ ਤੀਜੀ ਵਾਰੀ ਮਿਲ ਗਿਆ ਉਹਦੀਆਂ ਤਿੰਨ ਬੰਦ ਕਰੋ ਤੇ ਨਾਲ ਪ੍ਰਿੰਸੀਪਲ ਦਾ ਹੈੱਡ ਹੈ ਜਿਹੜਾ ਉਹਦੀ ਵੀ ਬੰਦ ਕਰ ਦੋ ਇੱਕ ਵਿੱਚ ਝੂਲ ਮਿਲਿਆ ਹੋਣਾ ਇਹਦਾ ਮਤਲਬ ਹੁਣ ਇਹ ਕੀ ਕਰਦੇ ਨੇ ਇਹ ਗੈਰਹਾਜ਼ਰ ਫੜ ਲੈਂਦੇ ਨੇ ਉੱਥੇ ਬੱਚਿਆਂ ਨੂੰ ਬਿਠਾ ਦਿੰਦੀਆਂ ਨੇ ਬੀਬੀਆਂ ਅੱਗੇ ਡੀਪੀਏ ਦੀ ਜੀਪ ਨਹੀਂ ਬਾਹਰ ਨਿਕਲ ਦਿੰਦੇ ਜੇ ਗੱਡੀ ਜੇ ਉਹਨਾਂ ਤੇ ਕੇਸ ਰਜਿਸਟਰ ਕਰ ਦਿੰਦੇ ਨੇ ਤੇ ਫਿਰ ਜਿਹੜੀਆਂ ਯੂਨੀਨਾਂ ਨੂੰ ਅੱਗੇ ਹੋ ਕੇ ਆ ਜਾਂਦੀਆਂ ਨੇ ਜਿਹੜੀਆਂ ਯੂਨੀਨਾ ਇਹ ਕਹਿੰਦੀਆਂ ਨੇ ਵੀ ਸਾਡਾ ਬੰਦਾ ਗੈਰਹਾਜ਼ਰ ਹੈ ਕਿ ਉਹ ਵੀ ਨਜਾਇਜ਼ ਆਮ ਗਰੀਬ ਬੱਚਿਆਂ ਨੂੰ ਉੱਥੇ ਬਿਠਾ ਕੇ ਤੁਸੀਂ ਐਕਸਪਲੇਨ ਕਰਿਆ ਹੈ ਤੇ ਮੁੜ ਕੇ ਕਹਿੰਦੇ ਸਾਡੇ ਕੇਸ ਬਣਾ ਰਜਿਸਟਰ ਹੋਵੇ ਇਸ ਗੱਲ ਦਾ ਕਿ ਫਿਰ ਉਹ ਕਹਿਣ ਵੀ ਦੁਨੀਆ ਤੇ ਐਕਸ਼ਨ ਲਾਓਗੇ ਤਸੀਂ ਕਿਹਾ ਕੰਮ ਤੇ ਹੀ ਕਰੋ ਉਹਨਾਂ ਨੂੰ ਕਹੋ ਇਹ ਭਿੱਡੇ ਦੇ ਕਰਨ ਵਰਗੇ ਨੋਟ ਐ ਨਹੀਂ ਮੰਨੇ ਤੇ ਲੱਖਾ ਨਾ ਰੱਖਿਓ ਇਹ ਕੰਮ ਕਰਨਾ ਪੂ ਤੁਹਾਨੂੰ ਪਰ ਜਿਹੜਾ ਆਮ ਹੀ ਕਿਉਂਕਿ ਜਿਹੜਾ ਕੰਮ ਨਹੀਂ ਜਿਹੜਾ ਗਲਤ ਕੰਮ ਕਰਾਉਣਾ ਚਾਹੁੰਦਾ ਉਹ ਵੀ ਸ਼ਿਕਾਇਤਾਂ ਕਰਦਾ ਉਹਨਾਂ ਤੁਸੀਂ ਇੱਕ ਸਿਸਟਮ ਇਦਾਂ ਦਾ ਬਣਾਓ ਵੀ ਅਗਲੇ ਨੂੰ ਸ਼ਿਕਾਇਤ ਕਰਨ ਦੀ ਝੂਠੀ ਜ਼ਰਤ ਨਾ ਪਵੇ ਮੁੜ ਕੇ ਇਦਾਂ ਹੀ ਉਹ ਗਿੱਧੇ ਉੱਪਰ ਕੀ ਪਾਉਂਦੇ ਨੇ ਕੋਰਟ 'ਚ ਜਾ ਰਹੇ ਨੇ ਤੁਸੀਂ ਕੋਰਟ 'ਚ ਇੰਨੀ ਮਿਹਨਤ ਨਾਲ ਕੇਸ ਫੀਡ ਕਰੋ ਉੱਥੇ ਆਪਣੇ ਸਰਕਾਰੀ ਵਕੀਰ ਨੂੰ ਕਿ ਉਹ ਜਿੱਤੇ ਨਾ ਦੇਈ ਕਿਉਂਕਿ ਜੇ ਤੁਸੀਂ ਠੀਕ ਕੰਮ ਕਰ ਲਓ ਮੇਰਾ ਤਜਰਬਾ ਹੈ ਜੀ ਬੰਦਾ ਨਹੀਂ ਜਿੱਤਦੇ ਸੀ ਕਿਉਂਕਿ ਅਸੀਂ ਕੰਮ ਕੰਮ ਕਾਗਜ਼ ਹਸਾਬ ਰੱਖ ਕੇ ਦਿੰਦੇ ਆ ਤੇ ਟੋਟ ਦੇ ਸਾਹਮਣੇ ਰੱਖਦੇ ਨੇ ਵਿਆਪੀ ਆ ਜੀ ਦੱਸੋ ਕੀ ਕਰੀਏ ਜਦ ਤੁਸੀਂ ਪੰਜ ਸੱਤ ਕੇਸ ਇਦਾਂ ਹਰਾ ਤੇ ਗਿੱਦੜ ਪਰਚੀਆਂ ਪਾਉਣ ਵਾਲੇ ਉਹ ਮੁੜ ਕੇ ਹੱਟ ਜਾਂਦੇ ਵੀ ਯਾਰ ਐਡੀ ਡੀ ਫੀਸ ਨਹੀਂ ਨਹੀਂ ਜਿੱਤਣ ਦਾ ਦੇਣ ਕੁੱਕੀ ਕੇਸ ਤੋਂ ਝੂਠਾ ਪਾਉਂਦੇ ਨੇ ਉਹ ਝੂਠੇ ਸਿੱਕੇ ਇਦਾਂ ਕਰਦੇ ਨੇ ਜਿੱਧੇ ਤੇ ਮਰਜ਼ੀ ਜੋਸ਼ ਲਾ ਦੋ ਵੀ ਇਹ ਤਾਂ ਕਰਾਪਟ ਹੈ ਜੀ ਦੱਸੋ ਕੀ ਮੀਟਰ ਹੈ ਹੁਣ ਆ ਜਿਹੜਾ ਤੁਸੀਂ ਕਿਹਾ ਪਹਿਲਾ ਸੈਂਟੈਂਸ ਵੀ ਇੰਨੀ ਸ਼ਿਕਾਇਤ ਆ ਗਈ ਜੀ ਥੋੜੇ ਕੋ ਸਾਰੀ ਸ਼ਿਕਾਇਤ ਸੱਚੀ ਹੈ ਅੱਧੇ ਦੁਕਾਨਾਂ ਤੇ ਇਹ ਹੀ ਨਹੀਂ ਪਤਾ ਵੀ ਇਹਦੀ ਡਿਊਟੀ ਹੈ ਕਿ ਨਹੀਂ ਮੇਰੀ ਇੱਕ ਬੰਦੇ ਨੇ ਸ਼ਿਕਾਇਤ ਕਰੀ ਉਹਨੂੰ ਕਿਤੇ ਐਨਓਸੀ ਨਹੀਂ ਮਿਲਿਆ ਸੀ ਕੋਈ ਕਾਲਜ ਖੋਲਣਾ ਚਾਹੁੰਦਾ ਸੀ ਉਹ ਅਰ ਉਹ ਫਾਈਲ ਨੂੰ ਮੈਂ ਡੀ ਵੀ ਨਹੀਂ ਕਰਦਾ ਸੀ ਮੇਰੀ ਸ਼ਿਕਾਇਤ ਕਰਤੀ ਲੋਕਪਾਲ ਕੋਲੇ ਕਿ ਜੀ ਇਹ ਤਾਂ ਇਹ ਤਾਂ ਮੈਨੂੰ ਪੈਸੇ ਮੰਗਦਾ ਸੀ ਪਤਾ ਨਹੀਂ ਕੀ ਮੇਰੀ ਜਾਣ ਕੇ ਨਹੀਂ ਕਰੀ ਸ਼ਾਇਦ ਇਹ ਪੈਸੇ ਨਹੀਂ ਕਿਹਾ ਉਹਨੇ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਪੈਸਾ ਦਾ ਵੀ ਇਹਨੇ ਜਾਣ ਕੇ ਨਹੀਂ ਕਰੀ ਮੈਨੂੰ ਬੁਲਾ ਲਿਆ ਚੇ ਸਤਾਨਸਿਕ ਦਫਤਰ ਸੀ ਮੈਨੂੰ ਐਸਪੀ ਕਹਿੰਦਾ ਛੋਟੀਆਂ ਵੱਡੀਆਂ ਕਹਾਣੀਆਂ ਸੁਣੀਆਂ ਨੇ ਉਹਨੀਆਂ ਕਹਾਣੀਆਂ ਵੱਡੀਆਂ ਹੁਣ ਤੁਸੀਂ ਪੁਲਿਸ ਵਾਲਿਆਂ ਦੀ ਗੱਲ ਕਰ ਦਿਓ ਨਾ ਉਹ ਬਰਨਾਲੇ ਹੁੰਦਾ ਸੀ ਐਸਪੀ ਉੱਥੇ ਇੱਕ ਪੁਲਿਸ ਕਨਸਟੇਬਲ ਨੇ ਕਿਹਾ ਵੀ ਇਹਨੇ ਮੇਰੇ ਨਾਲ ਰਿਲੇਸ਼ਨ ਬਣਾ ਕੇ ਆ ਕਰੇ ਮਹਸਾਦਾਰ ਜੀ ਕਹਾਣੀਆਂ ਤੁਹਾਡੀਆਂ ਬਹੁਤ ਵੱਡੀਆਂ ਵੱਡੀਆਂ ਨੇ ਆਪਾਂ ਕਹਾਣੀਆਂ ਦੀਆਂ ਗੱਲਾਂ ਛੱਡੀਏ ਆ ਜਿਹੜਾ ਸਵਾਲ ਹੈ ਤੁਹਾਡਾ ਦਾ ਜਵਾਬ ਮੰਗੋ ਜੀ ਉਹ ਦੇਖੇ ਪਰ ਇਹ ਤੁਸੀਂ ਜੁਰਤ ਨਾਲ ਤਾਂ ਕਹਿ ਸਕਦੇ ਹੋ ਵੀ ਨਜਾਇਜ਼ ਸਰ ਦੇਣੀ ਹੈ ਦੇੜੇ ਐ ਫਿਰ ਸਿਰ ਥੱਲੇ ਝਕਾਉਣਾ ਇਹਦੇ ਹੋ ਗਿਆ ਐਸ ਵੀ ਮੈਂ ਵੀ ਤਾਂ ਉੱਚੀ ਪੋਸਟ 'ਚ ਆ ਇਹਨੂੰ 2.5 ਗੁਣਾ ਤਨਖਾਹ ਲੈਣਾ ਜਿਆਦਾ ਪੜਿਆ ਹੋਇਆ ਇਹਨਾਂ ਮਰੇ ਇੱਧਰ ਬੈਠ ਕੇ ਇਹ ਕਿ ਕੋਈ ਜਵਾਬ ਨਹੀਂ ਆਉਦਾ ਮੈਨੂੰ ਕਹਿੰਦਾ ਤੁਸੀਂ ਤਾਂ ਥੋੜਾ ਜਿਹਾ ਠੀਕ ਵੀ ਨਹੀਂ ਸੀਗੇ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਨੀਚੀ ਜਾ ਕੇ ਗਵਾਈ ਲੈ ਲੈਂਦਾ ਮਨ ਤੋਂ ਮੁੜ ਕੇ ਬੁਲਾਇਆ ਨਹੀਂ ਤੁਸੀਂ ਜੁਰਤਨਾਲ ਕਹੋ ਵਿਹਾਰੇ ਮੈਂ ਕਰਿਆ ਇਹ ਮੇਰਾ ਅਧਿਕਾਰ ਸੀ ਐਸ ਤਰ੍ਹਾਂ ਕਰਿਆ ਸੋ ਇਸ ਕਰਕੇ ਜਿਹੜਾ ਤੁਹਾਡਾ ਸਵਾਲ ਆ ਉਹਦਾ ਜਵਾਬ ਇਹ ਹੈ ਕੰਮ ਕਰੋ ਤੇਜ਼ ਜਿਹੜਾ ਬਿਨਾਂ ਮਤਲਬ ਦੇ ਤੰਗ ਕਰਦਾ ਉਹਨੂੰ ਸਜ਼ਾ ਦਿਓ ਸਜ਼ਾ ਦੇਣਾ ਹੱਲ ਨਹੀਂ ਹੈ ਖਾਲਸਾ ਬਾਰੇ ਇਸ ਕਰਕੇ ਜਿੰਨਾ ਸੁਧਾਰ ਕਰ ਰਹੀ ਹੈ ਉਹਨੂੰ ਸੁਧਾਰ ਦੇਣੀ ਉਹ ਗੱਲ ਵੱਖਰੀ ਆ ਤੁਸੀਂ ਬੰਦੇ ਨੂੰ ਇਟ ਇਜ਼ ਬੈਟਰ ਟੂ ਮੈਂਡ ਦੈਨ ਟੂ ਐਂਡ ਸੁਧਾਰੋ ਸੁਧਰ ਜਾਂਦੇ ਨੇ ਲੋਕ ਮੈਂ ਨੁਸਖਾ ਜ ਦੇਣੀ ਨਹੀਂ ਪਈ ਆਮਲਾ ਤਾਂ ਉਹੀ ਆ ਜਿਹੜੇ ਆਮਲੇ ਨੂੰ ਕਹਿੰਦੇ ਨੇ ਕੰਮ ਨਹੀਂ ਕਰਦੇ ਦਫ਼ਤਰ ਚ ਬਾਬੂ ਵੀ ਉਹੀ ਨੇ ਜਿੱਤੇ ਮੈਂ ਕੰਮ ਕਰਿਆ ਸੁਪਰਡੈਂਟ ਵੀ ਉਹੀ ਨੇ ਬ੍ਰਾਂਚ ਅਫਸਰ ਵੀ ਉਹੀ ਨੇ ਜਿਹੜੇ ਉਹ ਫਾਈਨਾਂਸ ਵਾਲੇ ਹੁੰਦੇ ਨੇ ਉਹ ਵੀ ਉਹੀ ਨੇ ਆਡਿਟ ਵਾਲੇ ਵੀ ਉਹੀ ਨੇ ਹਸਪਤਾਲਾਂ ਦੇ ਵਿੱਚ ਨਰਸਾਂ, ਕੰਪਿਊਟਰ ਟੈਕਨੀਸ਼ੀਅਨ, ਕਲਰਕ ਉਹ ਵੀ ਸਾਰੇ ਉਹੀ ਨੇ। ਡਾਕਟਰ ਜਿਨ੍ਹਾਂ ਨੂੰ ਕਿਹਾ ਜਾਂਦਾ ਨਾ ਵੀ ਇਹ ਤਾਂ ਕੁਝ ਵੀ ਨਹੀਂ ਕਰਦੇ। ਸਕੂਲਾਂ ਦੇ ਵਿੱਚ ਮਾਸਟਰ ਕਿਉਂਕਿ ਮੈਂ ਐਜੂਕੇਸ਼ਨ ਦਾ 어ਡਲਟ ਐਜੂਕੇਸ਼ਨ ਦਾ ਡਾਇਰੈਕਟਰ ਵੀ ਰਿਹਾ ਪੰਜਾਬ ਸਰਕਾਰ ਦਾ। ਮਿੰਟ ਕਦੇ ਕੋਈ ਹੋਇਆ ਨਹੀਂ ਵੀ ਲੋਕਾਂ ਨੇ ਕੰਮ ਨਾ ਕਰਿਆ ਹੋਵੇ। ਬਲਕਿ ਔਖੇ ਹੋ ਕੇ ਵੀ ਕਰਦੇ ਨੇ। ਸਵਾਲ ਹੈ ਕੀ ਤੁਸੀਂ ਕੰਮ ਆਪ ਕਰਦੇ ਹੋ? ਕੀ ਤੁਸੀਂ ਕਰਨ ਜਾਣਦੇ ਹੋ? ਕੀ ਤੁਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਹੋ? ਸ਼ਾਬਾਸ਼, ਯਾਰ, ਕਰੋ, ਕਰੋ। ਦਬਤੀ ਹੋ ਗਈ। ਉਨੇ ਠੀਕ ਕਰੋ ਤੋਨੋ ਆਪ ਨੂੰ ਹੁੰਦਾ ਕੁਛ ਨਹੀਂ ਤੁਸੀਂ ਉਹੀ ਨੱਕੋ ਠੋਹੇ ਦੀ ਡੇਗੀ ਜਾਨੇ ਹੋ ਸੋ ਇਸ ਕਰਕੇ ਅੱਜ ਸਰਕਾਰ ਚ ਨਾਤਾ ਲੋਕਾਂ ਨੂੰ ਕੰਮ ਆਉਂਦਾ ਨਾਉ ਕਰਕੇ ਰਾਜੀ ਨਹੀਂ ਨਾ ਕੋਈ ਜਵਾਬਦੇਹੀ ਹੈ ਤੁਸੀਂ ਪਾਰਦਰਸ਼ਤਾ ਜ਼ਿੰਮੇਵਾਰੀ ਤੇ ਜਵਾਬਦੇਹੀ ਇਹ ਫਿਕਸ ਕਰ ਦੋ ਕਿ ਕੰਮ ਤੇਜੀ ਨਾਲ ਹੋਵੇ ਉਹਦੇ ਤੇਜੀ ਨਾਲ ਹੋਣ ਚ ਪਾਰਦਰਸ਼ਤਾ ਵੀ ਹੋਵੇ ਜ਼ਿੰਮੇਵਾਰੀ ਵੀ ਹੋਵੇ ਜਵਾਬਦੇਹੀ ਵੀ ਹੋਵੇ ਇਹਨੇ ਦੇਣਾ ਚ ਨਹੀਂ ਹੋਇਆ ਅਰੋਧ ਜੇ ਭਗਵੰਤ ਮਾਨ ਨੇ ਨਹੀਂ ਦੇਖਣਾ ਉਹ ਜੀ ਕੁਲਦੀਪ ਸਿੰਘ ਢਾਲੀਵਾਲ ਨਹੀਂ ਨਹੀਂ ਦੇਖਣਾ ਉਹਦੇ ਚ ਜੋੜੇ ਮਾਜਰੇ ਨੂੰ ਨਹੀਂ ਦੇਖਣਾ ਵੀ ਕੰਮ ਨਹੀਂ ਹੋਇਆ ਹੁਣ ਜੋੜੇ ਮਾਜਰੇ ਨੂੰ ਜਾ ਕੇ ਆਪਰੇਸ਼ਨ ਕਰਨਾ ਵੀ ਆਪਰੇਸ਼ਨ ਹੈ ਉਹਨੇ ਦੇਖਣਾ ਥੱਡੇ ਵਾਲਿਆਂ ਨੇ ਵੀ ਇਹ ਇੰਨੇ ਦਿਨਾਂ ਚ ਕੰਮ ਕਿਉਂ ਨਹੀਂ ਹੋਇਆ ਸੈਕਟਰੀਆਂ ਦੀ ਡਿਊਟੀ ਸੈਕਟਰੀ ਕਾਦੇ ਵਾਸਤੇ ਨੇ ਡਾਇਰੈਕਟਰ ਕਾਦੇ ਵਾਸਤੇ ਨੇ ਅੱਗੋਂ ਥੱਡੇ ਇੰਸਟੀਚਿਊਸ਼ਨਾਂ ਦੇ ਹੈੱਡ ਨੇ ਪੂਰਾ ਇੱਕ ਢਾਂਚਾ ਬਣਿਆ ਹੋਇਆ ਹੈ ਉਹ ਢਾਂਚਾ ਦੇਖੇ ਜੋ ਤਾਂ ਹੈ ਇਹੀ ਤਰੀਕਾ ਬਾਕੀ ਇੱਕ ਗੱਲ ਠੀਕ ਹੈ ਵੀ ਉਹਨਾਂ ਨੇ ਫੜ ਲਿਆ ਪਰ 0 0 ਟੋਰਕੈਂਸ ਉਦੋਂ ਹੀ ਹੁੰਦੀ ਹੁੰਦੀ ਆ ਜਦ ਤੁਸੀਂ ਸਿਸਟਮ ਠੀਕ ਕਰਦਾ ਹਾਂ ਲਾਸਟ ਗੱਲ ਕਹਿ ਕੇ ਮੈਂ ਖਤਮ ਕਰ ਰਿਹਾ ਤਸੀਨਾ ਦੇ ਵਿੱਚ ਪੈਸੇ ਦੀ ਬਹੁਤ ਚੋਰੀ ਹੋ ਰਹੀ ਹੈ ਔਰ ਸਿੱਤਾ ਸਾਹਿਬ ਹੋਰ ਨੇ ਇਹਨਾਂ ਦਿਖਾਤਾ ਸੀ ਇੱਕ ਤਸੀਨ ਦਾ ਵੀ ਇੰਨਾ ਪੈਸਾ ਹੋਇਆ ਬੁਲਾ ਕੇ ਪੁੱਛ ਰਹਿਣ ਸਿੱਤਾ ਸਾਹਿਬ ਨੂੰ ਬਲਦੇਵ ਸਿੰਘ ਸਿੱਤਾ ਜੇ ਕਿਸਾਨ ਆ ਗੋ ਉਹ ਦੱਸ ਦੇਣਗੇ ਕਿ ਕਿੰਨੀ ਚੋਰੀ ਆ ਔਰ ਬਾਰਨੇ ਵਿੱਚ ਤਸੀਨਾ ਵਿੱਚ ਕਿੰਨੀ ਹੋਈ ਆ ਆਪੇ ਪਤਾ ਲੱਗ ਜੂ ਇਹਨਾਂ ਨੂੰ ਹੁਣ ਤਾਂ 97 ਹੋ ਗਈਆਂ ਇੱਕ ਦੂਜੀ ਗੱਲ ਜਿਹੜਾ ਰੇਟ ਆ ਜ਼ਮੀਨਾਂ ਦਾ ਉਹ ਹਰ ਟਨਮੀ ਨਵਾਬ ਜਾਂ ਛੇਮੀ ਨਵਾਬ ਤਾਇ ਕਰ ਸਰਕਾਰੀ ਰੇਟ ਕੀ ਹੈ ਹੁਣ ਕੀ ਹੈ ਆ ਮਹੱਦੀ ਦੇ ਤਾਂ ਕਿ ਜ਼ਮੀਨ ਤਾਂ ਹੈਗੀ ਆ 4 ਕਰੋੜ ਰੁਪਏ ਦਾ ਕਿੱਲਾ 3.5 4 5 ਦਾ ਰਜਿਸਟਰੀ ਹੁੰਦੀ ਆ 2 ਕਰੋੜ ਦੀ ਆ ਜਿਹੜੇ ਮੈਂ ਫਲੈਟ 'ਚ ਬੈਠਾ ਇਹੇ ਜਿਹਾ ਫਲੈਟ बिकਦਾ ਤਾਂ ਹੈਗਾ ਇਹ 1.5 ਕਰੋੜ ਦਾ ਰਜਿਸਟਰੀ ਹੁੰਦੀ ਆ 80 ਲੱਖ ਦੀ ਠੱਗੀ ਤਾਂ 2:00 ਵਜੇ ਜਾ ਰਹੀ ਹੈ ਜਿਹੜਾ ਬੰਦਾ ਵਾਈਟ 'ਚ ਲੈਣਾ ਚਾਹੁੰਦਾ ਉਹਨੂੰ ਮਿਲਦਾ ਨਹੀਂ ਕਿਉਂਕਿ ਉਹਨੂੰ ਕੋਈ ਪੈਸੇ ਨਹੀਂ ਹੈਗਾ ਬਲੈਕ ਦਾ 100 ਕਰੋੜ ਰੁਪਇਆ ਉਹ ਦੇਉ ਕਿਵੇਂ ਮਨ ਲੋਦ ਕੋ ਬੈਂਕ ਚ ਪੈਸੇ ਪਏ ਨੇ ਫਿਰ ਕਢਾਊਗਾ ਨਾ ਫਿਰ ਇਨਕਮ ਟੈਕਸ ਵਾਲੇ ਪੁੱਛਣਗੇ ਹੋਰ ਪੁੱਛਣਗੇ 70 ਲੱਖ ਗਿਆ ਕਿੱਥੇ ਕਿਉਂਕਿ ਰਜਿਸਟਰੀ 70 ਲੱਖ ਦੀ ਹੈ ਹੁਣ ਉਹ ਮਰਦਾ ਕੀ ਕਰੇ ਮੈਨੂੰ ਆ ਪਰਸੋਂ ਤੋਂ ਇੱਕ ਕਿਸੇ ਦਾ ਫੋਨ ਆਇਆ ਬੜਾ ਸੀਨੀਅਰ ਮੜ ਬੰਦਾ ਬਹੁਤ ਹੀ ਇਮਾਨਦਾਰ ਹੋ ਬਹੁਤ ਸੇਵਾ ਕਰਦਾ ਹੈ ਸੰਸਥਾਾਂ ਚ ਨੌਂਦਾ ਹੈ ਆਪਦੇ ਕੋਲੋਂ ਪੈਸਾ ਲਾ ਕੇ ਉਹਨਾਂ ਨੇ ਸੰਸਥਾ ਵਾਸਤੇ ਜ਼ਮੀਨ ਖਰੀਦਣੀ ਸੀ ਕਹਿੰਦੇ ਜੀ ਉਹ ਰਜਿਸਟਰੀ ਕਹਿੰਦੇ ਨੇ ਵੀ ਦੋ ਗੱਲ ਸੀ ਹੁਣ ਸੰਸਦਾਂ 'ਚ ਤਾਂ ਅਸੀਂ ਦੋ ਨੰਬਰ 'ਚ ਪੈਸਾ ਦੇ ਨਹੀਂ ਸਕਦੇ ਦੱਸੋ ਕੀ ਕਰੋਗੇ ਕਰ ਲੈਣ ਜਿਹੜਾ ਕੁਝ ਕਰਨਾ ਜਿੱਥੋਂ ਪੈਸਾ ਆ ਸਕਦਾ ਉੱਥੋਂ ਲੈਂਦੇ ਨਹੀਂ ਜਿੱਥੇ ਨਹੀਂ ਆ ਸਕਦਾ ਉੱਥੇ ਐਵੇਂ ਔਟ ਢੋਬੇ 'ਚ ਇਟਾ ਸੁੱਟ ਰੱਖਦੇ ਨੇ ਉਹਨੂੰ ਫੇਰ ਡੱਬਦੇ ਨੇ ਕੁੰਡੀ ਲਾ ਕੇ ਵੀ ਕਿੱਥੇ ਏਟ ਫਸੀ ਪਈ ਆ ਉਹ ਲੱਭਦੀ ਨਹੀਂ ਗਾਰਜ ਪਤ ਜਾਂਦੀ ਆ ਸੋ ਇਸ ਕਰਕੇ ਕੰਮ ਤੇਜ਼ ਕਰੋ ਇਮਾਨਦਾਰੀ ਪਾਰਦਰਸ਼ਤਾ ਕਰ ਦਿਓ ਜ਼ਿੰਮੇਵਾਰੀ ਕਰ ਦਿਓ ਜਵਾਬਦੇਹੀ ਦਿਓ ਕਰੋ ਜੇ ਜਿਹੜਾ ਪੰਜ ਤਿੰਨ ਕਰਦਾ ਹੈ ਉਹਨੂੰ ਸਜ਼ਾ ਦਿਓ ਹਰੇਕ ਨੂੰ ਸਜ਼ਾ ਦੇ ਅੰਦਰ ਸੇ ਨਹੀਂ ਤੁਰਿਆ ਆਹੀ ਤਰੀਕਾ ਹੋਰ ਕੁਝ ਨਹੀਂ